ਸੋ ਖੰਡ ਪਵਨ ਫੇਸਬੁਕ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਆ ਤੇ ਸਾਡਾ YouTube ਚੈਨਲ ਵੀ ਹੈਗਾ ਮਿਸਟਰ ਐਂਡ ਮਿਸਿਸ ਸਿੱਧੂ ਸੋ ਤੁਸੀਂ ਉੱਥੇ ਵੀ ਸਾਡੀਆਂ ਵੀਡੀਓਜ਼ ਦੇਖ ਸਕਦੇ ਹੋ ਤੇ ਅੱਜ ਦੀ ਵੀਡੀਓ ਬਹੁਤ ਇੰਪੋਰਟੈਂਟ ਹੋਣ ਵਾਲੀ ਆ ਸੋ ਪਹਿਲੇ ਮੈਂ ਤੁਹਾਨੂੰ ਕਹਿੰਦਾ ਵੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਤਾਂ ਕਿ ਬਹੁਤ ਸਾਰਿਆਂ ਦਾ ਫਾਇਦਾ ਹੋ ਜੇ ਹਨਾ ਤੇ ਬਾਕੀ ਜੇਕਰ ਕੋਈ ਵੀ ਚੀਜ਼ ਤੁਹਾਨੂੰ ਨਹੀਂ ਪਤਾ ਲੱਗਦੀ ਕਿਸੇ ਵੀ ਚੀਜ਼ ਬਾਰੇ ਅੱਜ ਦੀ ਵੀਡੀਓ ਬਾਰੇ ਜਾਂ ਹੋਰ ਚੀਜ਼ ਬਾਰੇ ਤਾਂ ਸਾਡਾ Instagram ਪੇਜ ਹੈਗਾ ਸਿੱਧੂ ਕਪੜਾ ਪੇਜ ਐਨੀ ਟਾਈਮ ਤੁਸੀਂ ਸਾਨੂੰ ਉੱਥੇ ਮੈਸੇਜ ਕਰ ਸਕਦੇ ਹੋ ਸੋ ਆਪਾਂ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਸੋ 2-3 ਦਿਨ ਹੋਏ ਸੀਗੇ ਸਾਨੂੰ ਇੰਸਟਾਗ੍ਰam ਦੇ ਉੱਤੇ ਕੁੜੀ ਦਾ ਮੈਸੇਜ ਆਇਆ ਸੀ ਕਿਉਂਕਿ ਮੈਂ ਨਾ ਇੰਸਟਾਗ੍ਰam ਦੇ ਉੱਤੇ ਇੱਕ ਰੀਲ ਪੋਸਟ ਕੀਤੀ ਸੀ ਜਿਹਦੇ ਵਿੱਚ ਮੈਂ ਦੱਸਿਆ ਸੀਗਾ ਕਿ ਜੇ ਤੁਸੀਂ ਕੈਨੇਡਾ ਹੈਗੇ ਹੋ ਤੇ ਤੁਸੀਂ ਬੇਬੀ ਡਿਲੀਵਰ ਕੀਤਾ ਬ ਤੇ ਹਸਪੀਟਲ ਵਾਲੇ ਤੁਹਾਨੂੰ ਕੁਝ ਚੀਜ਼ਾਂ ਫ੍ਰੀ ਆਫ ਕਾਸ ਦਿੰਦੇ ਆ ਸੋ ਉਨੇ ਮੇਰੀ ਉਹ ਵੀਡੀਓ ਦੇਖਿਆ ਮੇਰੀ ਰੀਲ ਦੇ ਉੱਤੇ ਕਮੈਂਟ ਕੀਤਾ ਲੇਕ ਮੈਨੂੰ ਮੈਸੇਜ ਕੀਤਾ ਉਹਨੇ ਕਹਿੰਦੇ ਕਿ ਕਹਿੰਦੇ ਤੁਹਾਨੂੰ ਕਾਰ ਸੀਟਸ ਵਗੈਰਾ ਡਾਈਪਰਸ ਵਗੈਰਾ ਵਾਈਪਸ ਵਗੈਰਾ ਇਹ ਵੀ ਫ੍ਰੀ ਮਿਲਦੀਆਂ ਆ ਸੋ ਜਦੋਂ ਨੇ ਫ੍ਰੀ kia ਅਸੀਂ ਬਹੁਤ ਹੈਰਾਨ ਹੋਏ ਨਾ ਕਿਉਂਕਿ ਸਾਨੂੰ ਇਸ ਚੀਜ਼ ਬਾਰੇ ਨਹੀਂ ਪਤਾ ਸੀ ਕਿਉਂਕਿ ਅਸੀਂ ਅਸੀਂ ਪੀਆਰ ਸੀਗੇ ਤੇ ਸਾਨੂੰ ਸਟੂਡੈਂਟ ਦੀਆਂ ਸਿਚੁਏਸ਼ਨਾਂ ਦਾ ਨਹੀਂ ਪਤਾ ਸੀਗਾ ਤੇ ਬਾਕੀ ਅ ਕਰਦੇ ਆਪਾਂ ਅੱਗੇ ਜਾ ਕੇ ਸਾਰੀਆਂ ਚੀਜ਼ਾਂ ਡਿਸਕਸ ਵੀ ਕਰਦੇ ਆ ਹਨਾ ਕਿਉਂਕਿ ਡਿਟੇਲ ਦੇ ਵਿੱਚ ਕਰਾਂਗੇ ਡਿਸਕਸ ਇਹ ਨਹੀਂ ਹੈਗਾ ਵੀ ਆਪਾਂ ਇੱਕ ਚੀਜ਼ ਦੀ ਕੜੀ ਸਲੀ ਹਨਾ ਤਾਂ ਕਿ ਪ੍ਰੋਪਰ ਬੰਨ ਸਾਰਿਆਂ ਨੂੰ ਪਤਾ ਲੱਗ ਜੇ ਸੋ ਜਦੋਂ ਉਹਨਾਂ ਨੇ ਮੈਸੇਜ ਕੀਤਾ ਤੇ ਆਪਾਂ ਉਹਨਾਂ ਨਾਲ ਗੱਲਬਾਤ ਕੀਤੀ ਮੈਸੇਜ ਉੱਤੇ ਵੀ ਤੁਸੀਂ ਸਾਨੂੰ ਦੱਸੋ ਹਨਾ ਵੀ ਜੇ ਤੁਸੀਂ ਦੱਸੋਗੇ ਕਿ ਕਿਵੇਂ ਫ੍ਰੀ ਮਿਲਦਾ ਤਾਂ ਬਹੁਤ ਲੋਕਾਂ ਦੀ ਜੜੀ ਆ ਉਹ ਹੈਲਪ ਹੋ ਜੂਗੀ ਕਿਉਂਕਿ ਜਦੋਂ ਇੱਥੇ ਬੱਚਾ ਹੁੰਦਾ ਬਣਾ ਉਦੋਂ ਚਲੋ ਹਸਪੀਟਲ ਦਾ ਖਰਚਾ ਤਾਂ ਫ੍ਰੀ ਹੋ ਗਿਆ ਬਟ ਹੋਰ ਬਹੁਤ ਚੀਜ਼ਾਂ ਬੱਚੇ ਦੀਆਂ ਲੈਣੀਆਂ ਪੈਂਦੀਆਂ ਹੁੰਦੀਆਂ ਜਿਹੜੀਆਂ ਮੈਨੂੰ ਇਦਾਂ ਲੱਗਦਾ ਕਿ ਇੰਡੀਆ ਦੇ ਵਿੱਚ ਨਹੀਂ ਹੁੰਦੀਆਂ ਨਾ ਇੰਡੀਆ ਦੇ ਵਿੱਚ ਆਪਾਂ ਕਿੱਥੋਂ ਕਾਰ ਸੀਟ ਲੈਣੀ ਹੁੰਦੀ ਹੈ ਹਨਾ ਸੋ ਉਹ ਚੀਜ਼ ਦਾ ਬਹੁਤ ਜ਼ਿਆਦਾ ਖਰਚਾ ਹੁੰਦਾ ਬਟ ਜਦੋਂ ਆਪਾਂ ਉਹਨਾਂ ਨੂੰ ਮੈਸੇਜ ਕੀਤਾ ਤੇ ਉਹਨਾਂ ਨੇ ਚਲੋ ਆਪਣਾ ਫੋਨ ਨੰਬਰ ਦਿੱਤਾ ਕਿ ਨਹੀਂ ਉਹਨਾਂ ਨੇ ਕਿਹਾ ਕਿ ਆਪਾਂ ਕਾਲ ਤੇ ਗੱਲ ਕਰ ਲੈਨੇ ਆ ਸੋ ਚਲ ਵਾਸਕੇ ਵੀ ਠੀਕਾ ਕਿਉਂਕਿ ਫੋਨ ਤੇ ਗੱਲ ਵਧੀਆ ਹੋ ਜਾਂਦੀ ਐ ਸੋ ਫਿਰ ਆਪਾਂ ਕਾਲ ਕੀਤੀ ਉਹਨਾਂ ਨੂੰ ਤੇ ਆਪਾਂ ਉੱਥੇ ਉਹਨਾਂ ਨੂੰ ਪੁੱਛਿਆ ਤੇ ਉਹ ਕਹਿੰਦੇ ਕਹਿੰਦੇ ਕਿ ਮੈਂ ਵੀ ਜਦੋਂ ਇੱਥੇ ਪ੍ਰੈਗਨੈਂਟ ਹੋਈ ਸੀਗੀ ਤੇ ਉਹ ਸਟੂਡੈਂਟ ਸੀਗੇ ਸੋ ਕਹਿੰਦੇ ਕਿ ਐਸੋਸੀਏਸ਼ਨਸ ਬਣੀਆਂ ਹੋਈਆਂ ਵਾ ਜਿਹੜੀ ਆਪਣੀ ਮਦਦ ਕਰਦੀਆਂ ਵਾ ਬੇਸਿਕਲੀ ਤੁਸੀਂ ਜਦੋਂ ਇੱਥੇ ਬੱਚਾ ਡਿਲੀਵਰ ਕਰਦੇ ਹੋ ਤੇ ਤੁਹਾਡੇ ਕੋਲੇ ਕੋਈ ਇੰਸ਼ੋਰੈਂਸ ਨਹੀਂ ਹੈਗੀ ਤੁਹਾਡੇ ਕੋਲੇ ਕੋਈ ਇਥੋਂ ਦਾ ਹੈਲਥ ਕਾਰਡ ਨਹੀਂ ਹੈਗਾ ਉਸ ਟਾਈਮ ਤੇ ਤੁਹਾਨੂੰ ਹਸਪੀਟਲ ਦੇ ਖਰਚੇ ਵੀ ਹੁੰਦੇ ਆ ਤੇ ਉਹਨਾਂ ਨੇ ਇਹ ਦੱਸਿਆ ਸੀਗਾ ਵੀ ਉਸ ਟਾਈਮ ਤੇ ਕੋਈ ਸਕੀਮ ਵੀ ਸੀਗੀ ਜਿਹਦੇ ਵਿੱਚ ਬੇਬੀ ਡਿਲੀਵਰੀ ਦੇ ਕੋਈ ਚਾਰजेस ਨਹੀਂ ਲੈ ਰਹੇ ਸੀਗੇ ਹਨਾ ਉਹ ਕੰਟੀਨਿਊਸਲੀ ਨਹੀਂ ਸੀਗੇ ਮਤਲਬ ਕਿ ਇੱਕ ਟਾਈਮ ਤੇ ਕੁਝ ਟਾਈਮ ਦੇ ਲਈ ਉਹ ਸਕੀਮ ਸੀਗੀ ਬਾਕੀ ਆਉਂਦੀਆਂ ਉਹ ਕਹਿੰਦੇ ਵੀ ਹੋਰ ਸਕੀਮਾਂ ਆਉਂਦੀਆਂ ਰਹਿੰਦੀਆਂ ਤੁਹਾਨੂੰ ਪਤਾ ਹੋਣਾ ਚਾਹੀਦਾ ਫਿਰ ਸਾਨੂੰ ਉਹਨਾਂ ਨੇ ਜਦੋਂ ਦੱਸਿਆ ਵੀ ਤੁਹਾਡਾ ਜਦੋਂ ਬੇਬੀ ਹੋ ਜਾਂਦਾ ਉਸ ਟਾਈਮ ਤੇ ਉਹਨੂੰ ਬੱਚੇ ਦੇ ਡਾਈਪਰ ਮਿਲਦੇ ਨੇ ਬੱਚੇ ਦੇ ਕੱਪੜੇ ਮਿਲਦੇ ਨੇ ਤੁਹਾਨੂੰ ਵਾਈਪਸ ਮਿਲਦੇ ਆ ਪਾਸੇ ਸਟ੍ਰੋਲਰ ਮਿਲਦਾ ਫਿਰ ਤੁਹਾਨੂੰ ਬੱਚੇ ਦੇ ਲਈ ਬੈੱਡ ਜਿਹੜਾ ਕ੍ਰਿਬ ਹੁੰਦਾ ਉਹ ਵੀ ਮਿਲਦਾ ਸੋ ਇਹ ਚੀਜ਼ਾਂ ਸੁਣ ਕੇ ਅਸੀਂ ਹੈਰਾਨ ਹੋਏ ਹਨ ਵੀ ਐਦਾਂ ਦੀ ਸਾਨੂੰ ਕਿਉਂ ਨਹੀਂ ਹਜੇ ਤੱਕ ਇਹ ਚੀਜ਼ ਪਤਾ ਲੱਗੀ ਤੇ ਫਿਰ ਮੈਨੂੰ ਇੱਥੇ ਮੈਂ ਡੋਕਰੀਆ ਮੈਨੂੰ ਇਦਾਂ ਲੱਗਦਾ ਕਿ 90% ਲੋਕਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਹੋਣਾ ਚਾਹੀਉ ਇੱਥੇ ਰਹਿ ਵੀ ਰਹੇ ਆ ਮਤਲਬ ਬਹੁਤ ਟਾਈਮਾਂ ਤੇ ਸੋ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਆਪਾਂ ਨੂੰ ਨਹੀਂ ਪਤਾ ਸਾਨੂੰ ਵੀ ਨਹੀਂ ਪਤਾ ਤੇ ਸਾਨੂੰ ਜਦੋਂ ਉਸ ਚੀਜ਼ ਬਾਰੇ ਪਤਾ ਲੱਗਿਆ ਫਿਰ ਸਾਡਾ ਫਰਜ ਏ ਸੀਗਾ ਵੀ ਕਿਉਂਕਿ ਜਦੋਂ ਸਾਨੂੰ ਉਹਨਾਂ ਨੇ ਦੱਸਿਆ ਸਾਨੂੰ ਇੱਕ ਆਈਡੀਆ ਦੇ ਦਿੱਤਾ ਫਿਰ ਸਾਡਾ ਫਰਜ ਸੀਗਾ ਵੀ ਆਪਾਂ ਨੂੰ ਵੈਰੀਫਾਈ ਕਰੀਏ ਹਾਂ ਪਹਿਲਾਂ ਅਸੀਂ ਉਹਨਾਂ ਤੋਂ ਪੁੱਛਿਆ ਕਿ ਕੀ ਪ੍ਰੋਸੈਸ ਹੁੰਦਾ ਕਿਹੜੀ ਕਿਹੜੀ ਐਸੋਸੀਏਸ਼ਨ ਆ ਫਿਰ ਆਪਾਂ ਲਾ ਲਈ ਪੈਨ ਐਂਡ ਕਾਪੀ ਆਪਾਂ ਸਭ ਕੁਝ ਨ ਪਾ ਦਾਂਗੇ ਹਨਾ ਉੱਥੇ ਤਾਂ ਕਿ ਤੁਹਾਨੂੰ ਪਤਾ ਲੱਗ ਜੇ ਕੀ ਫਿਰ ਕੀ ਹੋਇਆ ਸਾਨੂੰ ਸੀਗਾ ਕਿ ਆਪਾਂ ਜਦੋਂ ਵੀ ਤੁਹਾਡੇ ਤੱਕ ਇਹ ਇਨਫੋਰਮੇਸ਼ਨ ਡਿਲੀਵਰ ਕਰੀਏ ਤੇ ਸਾਨੂੰ ਪਹਿਲਾਂ ਪ੍ਰੋਪਰ ਪਤਾ ਹੋਵੀ ਸੋ ਉਹਨਾਂ ਨੇ ਜੋ ਮੈਨੂੰ ਦੱਸਿਆ ਸੀਗਾ ਫਿਰ ਮੈਂ ਲਾਈਕ ਅੱਜ ਘਰੇ ਸੀਗੀ ਮੈਨੂੰ ਸੋਖਰੀ ਕਹਿੰਸਗੇ ਬਹੁਤ ਤੂੰ ਫੋਨ ਕਰਕੇ ਪੁੱਛੀ ਹਾਂ ਕਿ ਉਹ ਕਈ ਵਾਰੀ ਇਦਾਂ ਹੁੰਦਾ ਨੇ ਆਪਣਾ ਕੋਈ ਬੰਦਾ ਦੱਸ ਦਿੰਦਾ ਉਹਦੇ ਵਿੱਚ ਅੱਧੀ ਇਨਫੋਰਮੇਸ਼ਨ ਹੁੰਦੀ ਆ ਉਹੀ ਗੱਲ ਹੋਈ ਉਹਦੇ ਵਿੱਚ ਸਾਨੂੰ ਥੋੜੀ ਜਿਹੀ ਅੱਧੀ ਇਨਫੋਰਮੇਸ਼ਨ ਸੀਗੀ ਫਿਰ ਜਦੋਂ ਅਸੀਂ ਉਹਨਾਂ ਨਾਲ ਗੱਲ ਕੀਤੀ ਸਾਨੂੰ ਉਹਨਾਂ ਨੇ ਪ੍ਰੋਪਰ ਇਨਫੋਰਮੇਸ਼ਨ ਦਿੱਤੀ ਜਿਹੜੀ ਅਸੀਂ ਕਾਪੀ ਤੇ ਰਾਈਟ ਡਾਊਨ ਕੀਤੀ ਹੋਈ ਆ ਤੇ ਤੁਸੀਂ ਧਿਆਨ ਨਾਲ ਸੁਣ ਲਿਓ ਬਾਕੀ ਜੇਕਰ ਤੁਸੀਂ ਇਹ ਸਿਚੁਏਸ਼ਨ ਦੇ ਵਿੱਚ ਹੈਗੇ ਹੋ ਤੇ ਤੁਹਾਡਾ ਬਹੁਤ ਫਾਇਦਾ ਹੋਣਾ ਹੈ ਹਾਂ ਸੋ ਉਹਨਾਂ ਨੇ ਮੈਨ ਉਹਨਾਂ ਨੂੰ ਕਾਲ ਕਰੇ ਸੋ ਮੈਂ ਅੱਜ ਗੂਗਲ ਤੇ ਗਈ ਮੈਂ ਉੱਥੇ ਸਰਚ ਕੀਤਾ ਪ੍ਰੈਗਨੈਂਸੀ ਟੋਰਾਂਟੋ ਕੇਅਰ ਐਸੋਸੀਏਸ਼ਨ ਉੱਥੇ ਉਹਨਾਂ ਦਾ ਨੰਬਰ ਪਿਆ ਸੀਗਾ ਆਪਾਂ ਨੰਬਰ ਤੇ ਜਾ ਕੇ ਫੋਨ ਕੀਤਾ ਸੋ ਮੈਂ ਉਹਨਾਂ ਨੂੰ ਪੁੱਛੇ ਕਿ ਮੈਂ ਕਿਹਾ ਮੇਰੀ ਕੋਈ ਫਰੈਂਡ ਸੀਗੀ ਸੋ ਉਹਨੇ ਮੈਨੂੰ ਦੱਸਿਆ ਸੀ ਕਿ ਤੁਸੀਂ ਲਾਈਕ ਬੇਬੀ ਦੇ ਫਰੀ ਡਾਈਪਰਸ ਫਾਰਮੂਲਾ ਮਿਲਕ ਹਨਾ ਤੇ ਵਾਈਪਸ ਵਗੈਰਾ ਫ੍ਰੀ ਪ੍ਰੋਵਾਈਡ ਕਰਵਾਉਂਦੇ ਬੇਸਿਕਲੀ ਇੱਕ ਮੇਨ ਆਗੀ ਕਾ ਇਹ ਤੁਹਾਨੂੰ ਕਾ ਨੰਬਰ ਦਿੰਦੇ ਨੇ ਹੋਰ ਐਸੋਸੀਏਸ਼ਨ ਦੇ ਹੈਣਾ ਤੇ ਉਹਨਾਂ ਦੇ ਵਿੱਚ ਕਾਫੀ ਜ਼ਿਆਦੇ ਨੇ ਹਰੇਕ ਨੇ ਅਲੱਗ-ਅਲੱਗ ਚੀਜ਼ ਕਨਸਿਡਰ ਕੀਤੀ ਆ ਵੀ ਕਿਸੇ ਨੇ ਕੋਈ ਚੀਜ਼ਾਂ ਦੇਣੀਆਂ ਨੇ ਕਿਸੇ ਨੇ ਕੁਝ ਤੇ ਬੇਸਿਕਲੀ ਤੁਸੀਂ ਉਹਨਾਂ ਕੋਲੇ ਰਜਿਸਟਰਡ ਕਰਨਾ ਉਸ ਤੋਂ ਬਾਅਦ ਫਿਰ ਤੁਹਾਨੂੰ ਉਹ ਗਾਹ ਏਜੰਸੀਆਂ ਦੇ ਨੰਬਰ ਦੇਣਗੇ ਤੁਸੀਂ ਉਹਨਾਂ ਨੂੰ ਕਾਲ ਕਰਨੀ ਹੈ ਹਾਂ ਸੋ ਇਹ ਕੀ ਹੈ ਕਿ ਇਹ ਇੱਕ ਕਮਿਊਨਿਟੀ ਗਰੁੱਪਸ ਆ ਤੇ ਇੱਕ ਜਿਹੜੇ ਲੋਕੀ ਵਲੰਟੇਰ ਕੰਮ ਕਰਦੇ ਆ ਹਨਾ ਉਹ ਆ ਉਹਨਾਂ ਦੀ ਐਸੋਸੀਏਸ਼ਨ ਬਣੀ ਹੋਈ ਆ ਜਿਹੜੇ ਲੋਕਾਂ ਦੀ ਮਦਦ ਕਰਦੇ ਆ ਸੋ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਅਸੀਂ ਨਹੀਂ ਕਰਦੇ ਬਟ ਮੈਂ ਕਹਿੰਦੀ ਤੁਸੀਂ ਕਿੱਥੇ ਰਹਿੰਦੇ ਹੋ ਮੈਂ ਕਿਹਾ ਬ੍ਰੈਂਟਨ ਦੇ ਵਿੱਚ ਕਹਿੰਦੇ ਮੈਂ ਤੁਹਾਨੂੰ ਨੰਬਰ ਪ੍ਰੋਵਾਈਡ ਕਰ ਦਿਆਂ ਤੈਨ ਉਹਨਾਂ ਨੇ ਮੈਨੂੰ ਨੰਬਰ ਪ੍ਰੋਵਾਈਡ ਕੀਤੇ ਸੋ ਉਹਨਾਂ ਨੇ ਮੈਨੂੰ ਕੁਝ ਕ ਏਜੰਸੀਸ ਦਾ ਨੰਬਰ ਦਿੱਤੇ ਜਿਹਦੇ ਵਿੱਚ ਰੀਜਨਰੇਸ਼ਨ ਸੀ ਬਰਥ ਰਾਈਟ ਸੀ ਰੀਜਨ ਫਰਸਟ ਸਟੋਰ ਸੀ ਹਾਂ ਬੇਸਿਕਲੀ ਜਿੰਨੇ ਵੀ ਇਹ ਨੰਬਰ ਆ ਗਏ ਆਪਾਂ ਸਕਰੀਨ ਤੇ ਮੈਂਸ਼ਨ ਕਰ ਦਾਂਗੇ ਬਾਕੀ ਡਿਸਕ੍ਰਿਪਸ਼ਨ ਚ ਪਾ ਦਾਂਗੇ ਜੇਕਰ ਤੁਸੀਂ ਅ ਇਸ ਸਿਚੁਏਸ਼ਨ ਚ ਹੈਗੇ ਤੁਸੀਂ ਇਹਨਾਂ ਨੂੰ ਕਾਲ ਕਰਕੇ ਪੁੱਛ ਸਕਦੇ ਹੋ ਤੇ ਹੁਣ ਗੱਲ ਇਹ ਕਰਦੇ ਹਾਂ ਵੀ ਸਾਰੇ ਬੰਦਿਆਂ ਨੂੰ ਇਹ ਮਿਲ ਸਕਦੇ ਵੀ ਕੋਈ ਪੀਆਰ ਆ ਸਟੂਡੈਂਟ ਆ ਕੌਣ ਆ ਕਿਵੇਂ ਆ ਇਹ ਚੀਜ਼ ਵੀ ਤੁਹਾਨੂੰ ਪਤਾ ਕੀ ਹੈ ਹਾਂ ਉਹ ਵੇ ਦੱਸ ਦਈਆਂ ਹਾਂ ਫਿਰ ਜਦੋਂ ਮੈਂ ਉਹਨਾਂ ਕੋ ਨੰਬਰ ਲੈ ਇਸ ਸਮੇਂ ਸਾਰੇ ਨੰਬਰਸ ਨੋਟ ਕਰ ਲਏ ਸੀ ਉਹਨੇ ਮੈਂ ਚਾਰ ਪੰਜ ਏਜੰਸੀਜ਼ ਦੇ ਨੰਬਰ ਦੱਸੇ ਹਨਾ ਸੋ ਮੈਂ ਚਾਰ ਪੰਜ ਐਸੋਸੀਏਸ਼ਨ ਦੇ ਨੰਬਰ ਦੱਸੇ ਸੋ ਜਦੋਂ ਮੈਂ ਉਹਨਾਂ ਨੂੰ ਕਾਲ ਕੀਤੀ ਸੋ ਮੈਂ ਉਹਨਾਂ ਨੂੰ ਪੁੱਛਿਆ ਵੀ ਮੈਂ ਕੀ ਕਿਹਾ ਮੇਰੇ ਫਰੈਂਡ ਨੇ ਮੈਨੂੰ ਦੱਸਿਆ ਸੀ ਤੇ ਮੈਂ ਪ੍ਰੈਗਨੈਂਸੀ kia ਸੈਂਟਰ 'ਚ ਕਾਲ ਕੀਤੀ ਤੇ ਉਹਨਾਂ ਨੇ ਮੈਨੂੰ ਥੋੜਾ ਨੰਬਰ ਦਿੱਤਾ ਸੋ ਉਹਨਾਂ ਨੇ ਮੈਨੂੰ ਪੁੱਛਿਆ ਕਿਉਂਕਿ ਉਹ ਕਹਿੰਦੇ ਕਿ ਮਿਲਦੇ ਆ ਕਹਿੰਦੇ ਮੈਨੂੰ ਦੱਸਿਆ ਕਹਿੰਦੇ ਕਿ ਇੱਕ ਫੂਡ ਬੈਂਕ ਆ ਬੇਸਿਕਲੀ ਹਨਾ ਸੋ ਕਹਿੰਦੇ ਕਿ ਹਾਂ ਅਸੀਂ ਸਭ ਕੁਝ ਪ੍ਰੋਵਾਈਡ ਕਰਦੇ ਆ ਤੇ ਮੈਂ ਕਿਹਾ ਤੁਹਾਨੂੰ ਕੀ ਕੀ ਚਾਹੀਦਾ ਕਿ ਸਾਨੂੰ ਕੀ ਕੀ ਲੈ ਕੇ ਆਉਣਾ ਪਊਗਾ ਸੋ ਕਹਿੰਦੇ ਕਿ ਤੁਹਾਨੂੰ ਆਈਡੀ ਪ੍ਰੂਫ ਆਫ ਇਨਕਮ ਪ੍ਰੂਫ ਆਫ এমਪਲॉयਮੈਂਟ ਤੇ ਤੁਹਾਡੀਆਂ ਲਾਈਕ 3 ਮਹੀਨੇ ਦੀ ਬੈਂਕ ਸਟੇਟਮੈਂਟਸ ਹੋਗੀਆਂ ਸੋ ਇਸ ਚੀਜ਼ ਤੋਂ ਮੈਨੂੰ ਲੱਗਾ ਆਪਣਾ ਇੱਕ ਆਈਡੀਆ ਲਾਇਆ ਉਹਨਾਂ ਨੇ ਦੱਸਿਆ ਬੀ ਜਿਨ੍ਹਾਂ ਦੀ ਇਨਕਮ ਹੈਗੀ ਆ ਉਹਨਾਂ ਦੇ ਲਈ ਨਹੀਂ ਹੈ ਚੀਜ਼ਾਂ ਹੈਗੀਆਂ ਜਿਹਨਾਂ ਅੱਜ ਜਿਹੜੇ ਹਾਈ ਇਨਕਮ ਚਾਹੁੰਦੇ ਆ ਅੱਜੇਕਰ ਤੁਸੀਂ ਇੱਥੇ 70 80 ਹਜ਼ਾਰ ਕਮਾਈ ਜਾਂਦੇ ਫੇਰ ਤੁਹਾਡੀ ਹਾਈ ਇਨਕਮ ਨਹੀਂ ਇਹ ਬੇਸਿਕਲੀ ਹੈਗਾ ਲੋ ਇਨਕਮ ਜਾਂ ਜਿਨ੍ਹਾਂ ਕੋਲੇ ਇੰਸ਼ੋਰੈਂਸ ਨਹੀਂ ਹੈਗੀਆਂ ਤੇ ਜਿਵੇਂ ਸਟੂਡੈਂਟ ਆ ਗਏ ਖਾਸ ਕਰਕੇ ਸਟੂਡੈਂਟਾਂ ਕੋਲੇ ਇੰਨੀ ਇਨਕਮ ਨਹੀਂ ਹੁੰਦੀ ਨਾ ਹੀ ਇੰਸ਼ੋਰੈਂਸ ਹੁੰਦੀ ਆ ਉਹਨਾਂ ਦੀ ਬਹੁਤ ਵਧੀਆ ਹੈਲਪ ਹੋ ਸਕਦੀ ਆ ਇੰਟਰਨੈਸ਼ਨਲ ਸਟੂਡੈਂਟਸ ਹੋਗੇ ਹਨਾ ਤੁਸੀਂ ਕਾਲ ਕਰ ਸਕਦੇ ਹੋ ਜੇਕਰ ਤੁਸੀਂ ਇਸ ਸਿਚੁਏਸ਼ਨ ਦੇ ਵਿੱਚੋਂ ਬਾਕੀ ਜੇਕਰ ਕੋਈ ਵਰਕ ਪਰਮਿਟ ਦੇ ਵੀ ਆ ਪਰ ਉਹਦੇ ਕੋਲੇ ਇਨਕਮ ਦੇ ਸਾਧਨ ਨਹੀਂ ਹੈਗੇ ਉਸ ਨੂੰ ਮਤਲਬ ਕਿ ਇੱਥੋਂ ਹੈਲਪ ਮਿਲ ਸਕਦੀ ਆ ਸਿੰਗਲ ਮਦਰਸ ਹੋ ਗਈਆਂ ਹਨਾ ਜੇ ਤੁਸੀਂ ਇਕੱਲੇ ਹੋ ਤਾਂ ਤੁਸੀਂ ਆਪਣੇ ਬੱਚੇ ਨੂੰ ਸਪੋਰਟ ਕਰ ਰਹੇ ਹੋ ਤਾਂ ਉਹਨਾਂ ਨੂੰ ਵੀ ਮਦਦ ਮਿਲਦੀ ਆ ਸੋ ਤੁਸੀਂ ਇਹ ਸਬ ਡਾਕੂਮੈਂਟਸ ਲੈ ਕੇ ਉਹਨਾਂ ਦੀ ਉਹਨਾਂ ਦੀ ਐਸੋਸੀਏਸ਼ਨ ਦੇ ਵਿੱਚ ਜਿਨ੍ਹਾਂ ਦੇ ਜਿੱਥੇ ਉਹਨਾਂ ਦੇ ਆਫਿਸ ਬਣੇ ਆ ਉੱਥੇ ਤੁਸੀਂ ਜਾਣਾ ਵਾ ਸੋ ਉੱਥੇ ਜਾ ਕੇ ਤੁਸੀਂ ਰਜਿਸਟਰ ਕਰਨਾ ਵਾ ਸੋ ਜਦੋਂ ਤੁਸੀਂ ਰਜਿਸਟਰ ਕਰਦੇ ਹੋ ਫਿਰ ਉਹ ਤੁਹਾਨੂੰ ਦੱਸ ਦਿਆ ਹਨਾ ਜਿਵੇਂ ਵੀਕ ਬਾਅਦ ਵੀ ਤੁਸੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਹਾਂ ਬਾਕੀ ਵੀ ਉਹਨਾਂ ਦਾ ਟਾਈਮ ਜੋ ਵੀ ਉਹਨਾਂ ਦਾ ਪ੍ਰੋਸੈਸਿੰਗ ਟਾਈਮ ਉਹ ਕਰਦੇ ਆਗੇ ਫਿਰ ਤੁਹਾਡੀ ਐਲੀਜੀਬਿਲਟੀ ਚੈੱਕ ਕਰਕੇ ਫਿਰ ਉਹਨਾਂ ਨੂੰ ਕੰਟੈਕਟ ਕਰਦੇ ਨੇ ਵੀ ਹਾਂਜੀ ਤੁਸੀਂ ਉਸ ਤੋਂ ਬਾਅਦ ਉਹਨਾਂ ਦਾ ਇੱਕ ਸਪੈਸੀਫਿਕ ਤੁਹਾਨੂੰ ਐਸੋਸੀਏਸ਼ਨ ਦਾ ਦਿੰਦੇ ਆ ਹਨਾ ਵੀ ਜਿੱਥੋਂ ਜਾ ਕੇ ਤੁਸੀਂ ਸਮਾਨ ਲੈ ਸਕਦੇ ਹਾਂ ਜੀ ਸੋ ਇੱਥੇ ਨਾ ਅਸੀਂ ਸਾਰੇ ਨੰਬਰ ਦਵਾਂਗੇ ਪਰ ਇੱਥੇ ਜਿਹੜੇ ਲਾਸਟ ਦੇ ਵਿੱਚ ਅਸੀਂ ਦੋ ਨੰਬਰ ਦਵਾਂਗੇ ਜਿਹੜੇ ਹੈਗੇ ਆ ਰੀਜ਼ਨ ਫਸਟ ਸਟੋਰ ਇਹ ਕੀ ਦਿੰਦੇ ਆ ਇਹ ਕਾਰ ਸੀਟ ਤੇ ਕਰੀਬ ਜਿਹੜੇ ਆ ਉਹ ਐਫੋਰਡੇਬਲ ਪ੍ਰਾਈਸੇਸ ਦੇ ਵਿੱਚ ਦਿੰਦੇ ਇਹਨਾਂ ਨੂੰ ਮੈਂ ਕਾਲ ਕੀਤੀ ਸੀ ਬਟ ਇਹਨਾਂ ਨੇ ਮੇਰਾ ਫੋਨ ਨਹੀਂ ਚੱਕਿਆ ਸਤਾ ਕਰਕੇ ਮੈਨੂੰ ਪ੍ਰੋਪਰ ਇਹਨਾਂ ਦਾ ਨਹੀਂ ਪਤਾ ਲੱਗਿਆ ਪਰ ਤੁਸੀਂ ਫੋਨ ਕਰਕੇ ਪੁੱਛ ਲਿਓ ਸੋ ਇੱਕ ਹੈਗੀ ਆ ਵਾਂਸ ਅਪਨ ਅ ਚਾਈਲਡ ਸੋ ਇਹਨਾਂ ਤੋਂ ਤੁਸੀਂ ਐਫੋਰਡੇਬਲ ਕਾਰ ਸੀਟ ਜਸ ਡਾਲਰ ਲੈ ਸਕਦੇ ਹੋ ਸੋ ਸੋ ਇਹ ਸਦੋ ਨੂੰ ਅਸੀਂ ਮੋਟੀ ਮੋਟੀ ਜਾਣਕਾਰੀ ਦੇਤੀ ਆ ਤੇ ਬਾਕੀ ਹੁਣ ਤੁਹਾਡਾ ਕੰਮ ਰਹਿ ਗਿਆ ਫਿਕਰ ਤੁਹਾਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈਗੀ ਆ ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ ਬਾਕੀ ਟੌਪ ਆਫ ਦਾ ਕਿ ਜੇਕਰ ਤੁਸੀਂ ਸਿੰਗਲ ਮਦਰ ਹੋ ਤੋਂਡੇ ਕੋਲੇ ਰੈਂਟ ਨਹੀਂ ਅਫੋਰਡ ਹੋ ਰਿਹਾ ਤਾਂ ਇਹ ਇਹਦੇ ਵਿੱਚ ਕੁਝ ਕ ਐਸੋਸੀਏਸ਼ਨਸ ਇਦਾਂ ਦੀਆਂ ਹੈਗੀਆਂ ਜਿਹੜਾ ਤੁਹਾਡਾ ਰੈਂਟ ਵੀ ਪੇ ਕਰ ਦੀਆਂ ਨੇ ਤੇ ਬਾਕੀ ਗੱਲ ਇਹ ਹੈ ਕਿ ਵੀ ਹਰੇਕ ਬੰਦੇ ਦੇ ਲਈ ਨਹੀਂ ਆ ਵਾਰ-ਵਾਰ ਮੈਂ ਇਹੀ ਕਹਿਣਾ ਵੀ ਇਹ ਨਾ ਹੋਵੇ ਤੁਹਾਡੀ ਇਨਕਮ ਬਣਦੀ ਹੋਵੇ ਤਾਂ ਤੁਸੀਂ ਚੱਕ ਕੇ ਉਹਨਾਂ ਨੂੰ ਕਾਲ ਕਰੋ ਬਾਅਦ ਚ ਕੋ ਸੜਨ ਦਾ ਕੁਝ ਮਿਲਿਆ ਨਹੀਂ ਜਿਨ੍ਹਾਂ ਨੂੰ ਜ਼ਰੂਰਤ ਹੈਗੀ ਆ ਕਿਉਂਕਿ ਇਸ ਐਸੋਸੀਏਸ਼ਨ ਦੇ ਵਿੱਚ ਤੁਸੀਂ ਕੀ ਆ ਆ ਤੁਸੀਂ ਡੋਨੇਟ ਵੀ ਕਰ ਸਕਦੇ ਹੋ ਜੇਕਰ ਤੁਸੀਂ ਚਾਹੋ ਨੀਓ ਵੀ ਕਿਸੇ ਲੋਕਾਂ ਦੀ ਹੈਲਪ ਹੋਵੇ ਤੇ ਅਸੀਂ ਡੋਨੇਟ ਕਰਨਾ ਚਾਹੁੰਦੇ ਹਾਂ ਤੇ ਇੱਕ ਹਿਸਾਬ ਦੀ ਡੋਨੇਸ਼ਨ ਵੀ ਤੁਸੀਂ ਦੇ ਸਕਦੇ ਹੋ ਸੋ ਇੱਥੇ ਮੈਂ ਇੱਕ ਗੱਲ ਹੋਰ ਮੈਂਸ਼ਨ ਕਰ ਦਿਆਂ ਕਿਉਂਕਿ ਜਦੋਂ ਮੈਨੂੰ ਕੁੜੀ ਨੇ ਦੱਸ ਦਿੱਤਾ ਸੋ ਮੇਰਾ ਪਹਿਲਾ ਕੁਐਸਚਨ ਇਹ ਸੀ ਮੈਂ ਕਿ ਯੂਜ਼ਡ ਆਈਟਮਸ ਹੁੰਦੀ ਹੈ ਕਿਵੇਂ ਲਾਈਕ ਸਟੋਲਰ ਹੋ ਗਿਆ ਕਾਰ ਸੀਟ ਹੋ ਗਈ ਕਹਿੰਦੀ ਨਹੀਂ ਬਾਕਸ ਪੰਦ ਆਉਂਦੀ ਆ ਸੋ ਜਿਵੇਂ ਆਪ ਨੂੰ ਪਤਾ ਵਾ ਕਿ ਇੱਥੇ ਕੀ ਹੁੰਦਾ ਵਾ ਜੇ ਤੁਹਾਡੇ ਕੋ ਕਾਰ ਸੀਟ ਨਹੀਂ ਹੈਗੀ ਤੁਸੀਂ ਬੱਚੇ ਨੂੰ ਹਸਪੀਟਲ ਤੋਂ ਘਰ ਇਨ ਲੈ ਕੇ ਆ ਸਕਦੇ ਸੋ ਚਲੋ ਜਿਹੜੇ ਤਾਂ ਵਧੀਆ ਇਨਕਮ ਜਿਨ੍ਹਾਂ ਦੀ ਹੈਗੀ ਉਹਨਾਂ ਲਈ ਤਾਂ ਓਕੇ ਆ ਜਿਹੜੇ ਵਿਚਾਰੇ ਹਨਾ ਨਵੇਂ ਪੇਰੈਂਟਸ ਬਣਦੇ ਆ ਜਾਂ ਇੱਕ ਮਾਪਿਓ ਇੰਡੀਆ ਵਿੱਚ ਕਿੱਥੇ ਐਸੋਂ ਉਹਨਾਂ ਦੇ ਲਈ ਇਹ ਚੀਜ਼ਾਂ ਪਾਇਆ ਕਰਦੇ ਹਾਂ ਕਿ ਕਿਉਂਕਿ ਮੈਂ ਕਈ ਇੱਥੇ ਇਦਾਂ ਦੇ couples ਨਾਲ ਜਿਨ੍ਹਾਂ ਨਾਲ ਗੱਲ ਕੀਤੀ ਜਿਹੜੇ ਕਹਿੰਦੇ ਕਿ ਸਾਡੇ ਹਸਪੀਟਲ ਦੇ ਬਹੁਤ ਖਰਚਾ ਆ ਗਿਆ ਹਨਾ ਡਿਲੀਵਰੀ ਦਾ ਖਰਚਾ ਆ ਗਿਆ ਫਿਰ ਉਸ ਤੋਂ ਬਾਅਦ ਸਮਾਨ ਲੈਣਾ ਸੀ ਉਹਦਾ ਖਰਚਾ ਸੋ ਮੈਨੂੰ ਲੱਗਦਾ ਤੁਹਾਡੀ ਇਹ 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 ਜਿਹੜੀਆਂ ਸੰਸਥਾਵਾਂ ਬੜੀਆਂ ਹੋਈਆਂ ਨੇ ਬਹੁਤ ਵਧੀਆ ਤਰੀਕੇ ਨਾਲ ਹੈਲਪ ਕਰ ਸਕਦੀਆਂ ਨੇ ਤੇ ਤੁਸੀਂ ਇਹਨਾਂ ਤੱਕ ਰੀਚ ਜ਼ਰੂਰ ਕਰਿਓ ਤੇ ਮੈਨੂੰ ਲੱਗਦਾ ਤੁਹਾਡਾ ਬਹੁਤ ਜ਼ਿਆਦਾ ਫਾਇਦਾ ਹੋਊਗਾ ਬਾਕੀ ਭਾਈ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਸ਼ੇਅਰ ਕਰਨ ਦਾ ਮਤਲਬ ਇਹ ਹੈ ਆ ਵੀ ਜਿਹੜੇ ਬੰਦੇ ਨੂੰ ਵੀ ਜ਼ਰੂਰਤ ਹੋਊਗੀ ਹਨਾ ਉਸ ਉਹਦੇ ਤੱਕ ਇਹ ਗੱਲ ਪਹੁੰਚ ਜੇ ਤੇ ਉਹਨਾਂ ਦਾ ਚਲੋ ਕੋਈ ਨਾ ਕੋਈ ਫਾਇਦਾ ਹੋ ਜਾ ਹਾਂ ਐਂਡ ਤੁਸੀਂ ਖਾਲਸਾਈਡ ਨੂੰ ਵੀ ਫੋਲੋ ਕਰਿਓ ਕਿਉਂਕਿ ਖਾਲਸਾਈਡ 'ਆਲੇ ਵੀ ਜੇ ਕੋਈ ਪ੍ਰੈਗਨੈਂਟ ਲੇਡੀ ਆ ਤਾਂ ਉਹਨੂੰ ਜਿਵੇਂ ਪ੍ਰੈਗਨੈਂਟ ਹੁੰਨੇ ਆ ਆਪਾਂ ਨੂੰ ਉਹ ਸਪੈਸ਼ਲ ਡਾਈਟ ਹੁੰਦੀ ਆ ਹਨਾ ਆਪਾਂ ਨੂੰ ਕਿਉਂ ਵਗੈਰਾ ਦੀ ਲੋੜ ਪੈਂਦੀ ਐ ਸੋ ਜੀ ਗਰੋਸਰੀ ਟਾਈਪ ਹੋ ਗਿਆ ਤੁਹਾਨੂੰ ਸਾਰੀਆਂ ਚੀਜ਼ਾਂ ਉਹ ਪ੍ਰੋਵਾਈਡ ਕਰਦੇ ਨੇ ਇਸੇ ਨਾਲ ਹੀ ਕਰਦੇ ਆ ਆਪਾਂ ਅੱਜ ਦੀ ਵੀਡੀਓ ਦੀ ਸਮਾਪਤੀ ਤੇ ਮਿਲਦੇ ਆ ਆਪਾਂ ਕਿਸੇ ਇੱਕ ਨਵੇਂ ਟੌਪਿਕ ਦੇ ਨਾਲ ਇੱਕ ਨਵੀਂ ਵੀਡੀਓ ਦੇ ਨਾਲ ਤੇ ਆਪਣੇ ਚੈਨਲ ਨੂੰ ਜਰੂਰ ਫੋਲੋ ਕਰ ਲਿਓ YouTube ਚੈਨਲ ਨੂੰ ਆਪਰੇ ਨੂੰ ਸਬਸਕ੍ਰਾਈਬ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ